ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਤੇ ਗੱਡੀ ਦੇ ਵਿੱਚ ਠੋਕਣਾ ਸੀਗਾ, ਠੀਕ ਹੈ ਜੀ। ਤੇ ਫਿਰ ਮੁੰਡੇ ਨਾਲ ਮੁੰਡੇ ਉਤਰ ਕੇ ਕਈਆਂ ਲੈ ਕੇ ਹੱਥੋਂ ਪਾਈ ਹੋ ਗਈ, ਮਗਰੋਂ ਮੈਂ ਮੋਟਰਸਾਈਕਲ 'ਤੇ ਆ ਰਿਹਾ ਸੀ, ਮੁੰਡੇ ਮੇਰੇ ਕੋਲ ਹੀ ਕੰਮ ਕਰਦੇ ਨੇ। ਅਤੇ ਜਦੋਂ ਮੈਂ ਉਹਨਾਂ ਦੇ ਮਗਰ ਆਇਆ, ਮੈਂ ਉਹਨਾਂ ਨੂੰ ਪੁੱਛਣ ਲੱਗਿਆ, ਠੀਕ ਹੈ ਜੀ, ਅਤੇ ਉਹਨਾਂ ਨੇ ਮੇਰੇ ਪਹਿਲਾਂ ਕਈ ਮਾਰੀ ਸਿਰ ਦੇ ਵਿੱਚ। ਉਸ ਤੋਂ ਬਾਅਦ ਇੱਕ ਮੁੰਡਾ ਹੋਰ ਸੀਗਾ, ਉਹਦੇ ਵੀ ਸਿਰ ਦੇ ਵਿੱਚ ਕਈ ਮਾਰੀ ਉਹਨਾਂ ਨੇ। ਸਾਰਾ ਮੁੰਡੇ ਨਾ ਗੱਡੀ ਲੈ ਕੇ ਆ ਰਹੇ ਸੀਗੇ, ਅਤੇ ਆਪਣਾ ਡਰਾਈਵਰ ਨਾ ਜਦੋਂ ਗੱਡੀ ਪਾਸ ਕੀਤੀ ਮਿਊਂਸੀਪਲ ਵਾਲਿਆਂ ਦੀ ਟਰਾਲੀ ਨੂੰ ਜਿਹੜੇ ਕਚਰਾ ਚੱਕਦੇ ਆ, ਅਤੇ ਉਹਨਾਂ ਮੁੰਡਿਆਂ ਨੇ ਕਿਤੇ ਰਸਤਾ ਰੁਸਤਾ ਨਹੀਂ ਦਿੱਤਾ, ਅਤੇ ਆਪਣੇ ਮੁੰਡਿਆਂ ਨੇ ਨਾ ਗੱਡੀ ਗੇਰਾਂ ਤੱਕ ਅੱਗੇ ਕੱਢ ਲਈ। ਦੁਬਾਰਾ ਉਹਨਾਂ ਨੇ ਟਰੈਕਟਰ ਮੂਹਰੇ ਲਾ ਕੇ ਨਾ ਜੀ, ਅਤੇ ਗੱਡੀ ਦੇ ਵਿੱਚ ਠੋਕਣਾ ਸੀਗਾ, ਠੀਕ ਹੈ ਜੀ। ਅਤੇ ਫਿਰ ਮੁੰਡਿਆਂ ਨਾਲ ਮੁੜ ਕੇ ਉਤਰ ਕੇ ਕਈਆਂ ਲੈ ਕੇ ਹੱਥੋਂ ਪਾਈ ਹੋ ਗਏ, ਮਗਰੋਂ ਮੈਂ ਮੋਟਰਸਾਈਕਲ 'ਤੇ ਆ ਰਿਹਾ ਸੀ, ਮੁੰਡੇ ਮੇਰੇ ਕੋਲ ਹੀ ਕੰਮ ਕਰਦੇ ਨੇ। ਅਤੇ ਜਦੋਂ ਮੈਂ ਉਹਨਾਂ ਦੇ ਮਗਰ ਆਇਆ, ਮੈਂ ਉਹਨਾਂ ਨੂੰ ਪੁੱਛਣ ਲੱਗਿਆ, ਠੀਕ ਹੈ ਜੀ, ਅਤੇ ਉਹਨਾਂ ਨੇ ਮੇਰੇ ਪਹਿਲਾਂ ਕਈ ਮਾਰੀ ਸਿਰ ਦੇ ਵਿੱਚ। ਉਸ ਤੋਂ ਬਾਅਦ ਇੱਕ ਮੁੰਡਾ ਹੋਰ ਸੀਗਾ, ਉਹਦੇ ਵੀ ਸਿਰ ਦੇ ਵਿੱਚ ਕਈ ਮਾਰੀ ਉਹਨਾਂ ਨੇ। ਅਤੇ ਮੁੜ ਕੇ ਅਸੀਂ 4-5 ਜਣੇ ਸੀਗੇ ਜੀ, ਉਹ 3-4 ਜਣੇ ਉਹ ਸੀਗੇ ਜੀ। ਤਕਰਾਰ ਨਹੀਂ ਹੋਈ ਪਹਿਲਾਂ ਤੁਹਾਡੇ ਕੋਲ, ਬਹਿਸਬਾਜ਼ੀ? ਨਾ ਨਾ ਸਰ, ਕੋਈ ਬਹਿਸਬਾਜ਼ੀ ਨਹੀਂ, ਪਹਿਲੀ ਵਾਰ ਹੀ ਮਿਲੇ ਸੀਗੇ ਜੀ, ਕੋਈ ਗੱਲਬਾਤ ਨਹੀਂ ਹੋਈਗੀ ਜੀ। ਮੇਰੇ ਤੋਂ ਤਾਂ ਪਹਿਲਾਂ 3-4 ਮਿੰਟ ਪਹਿਲਾਂ ਇਹ ਉਹਨਾਂ ਇਹਨਾਂ ਨਾਲ ਬੋਲਣ ਲੱਗ ਗਏ, ਉਹ ਤੁਹਾਡੇ ਬੰਦੇ? ਹਾਂਜੀ, ਸਾਡੇ ਬੰਦਿਆਂ ਨਾਲ ਬੋਲਣ ਲੱਗ ਗਏ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਬਾਈ ਇੱਦਾਂ ਕਰਕੇ ਗੱਲ ਹੋ ਗਈ, ਅਤੇ ਤੁਸੀਂ ਥੋੜ੍ਹਾ ਜਿਹਾ ਜਲਦੀ ਆ ਜਾਓ। ਮੈਂ ਜਦੋਂ ਪਹੁੰਚਿਆ, ਮੈਂ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀ, ਮੈਂ ਕਿਹਾ ਵੀਰੇ ਚੱਲ ਕੋਈ ਗੱਲ ਨਹੀਂ, ਜੇ ਗਲਤੀ ਹੋ ਗਈ ਤਾਂ ਠੀਕ ਹੈ। ਪਰ ਉਹਨਾਂ ਨੇ ਇੱਕ ਨਹੀਂ ਸੁਣੀ, ਉਹਨਾਂ ਨੇ ਪਹਿਲਾਂ ਮੇਰੀ ਕਈ ਮਰੀ ਸਿਰ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਉਹ ਜਿਹੜੇ ਕਚਰਾ ਚੱਕਦੇ ਹੁੰਦੇ ਆ ਨਾ ਜੀ, ਉਹ ਸੀਗੇ ਜੀ ਮੁੰਡੇ ਸਾਰੇ। ਉਹ ਕਿੰਨੇ ਜਣੇ ਜ਼ਖਮੀ ਹੋਏ ਤੁਹਾਡੇ ਨਾਲ? ਮੇਰੇ ਨਾਲ, ਮੇਰੇ ਤੋਂ ਬਿਨਾਂ ਇੱਕ ਮੁੰਡਾ ਹੋਰ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਲਵਪ੍ਰੀਤ ਸਿੰਘ ਹੈ, ਕੀ ਕੰਮ ਕਰਦੇ? ਫਿੱਡੇ ਖੁਰਦ ਦੇ ਰਹਿਣ ਵਾਲੇ ਜੀ, ਸੋਲਰ ਸਿਸਟਮ ਦਾ ਕੰਮ ਕਰ ਰਹੇ ਹਾਂ ਜੀ ਆਪਾਂ। ਹਾਂਜੀ, ਕੀ ਮੰਗ ਕਰਦੇ ਸਰ? ਆਪਾਂ ਤਾਂ ਕਹਿੰਦੇ ਹਾਂ ਜੀ, ਸਾਡੇ 'ਤੇ ਉਹਨਾਂ ਨੇ ਹੱਤਿਆਂ 'ਤੇ ਵਾਰ ਕੀਤਾ, ਠੀਕ ਹੈ ਜੀ, ਉਹਨਾਂ ਨੂੰ ਤਾਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇੱਦਾਂ ਦਾ ਕਰਕੇ ਵੀ ਇੱਦਾਂ ਦੇ ਬੰਦੇ ਹੋਣਗੇ ਉਹ, ਵੀ ਸਾਡੇ 'ਤੇ ਅਟੈਕ ਕਰਨਗੇ ਉਹ। ਹਾਂਜੀ, ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜੀ, ਕਈ ਨਾ ਸਰ, ਕਈ ਨਾ ਵਾਰ ਕੀਤਾ ਜੀ ਉਹਨਾਂ ਨੇ। ਦੂਜੇ ਮੁੰਡੇ ਤੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਗਾ ਜੀ ਹਲੇ ਤੱਕ। ਇਹ ਮੇਰੇ ਭਰਾ ਜੀ, ਬਰਾਦਰ ਅਜੇ ਤਾਂ ਕੋਲ ਹੈ ਨਹੀਂ ਸੀ ਸਰ, ਇਹ ਉਹਨਾਂ ਦੇ ਕੋਲ ਨੰਗਲ ਲੰਘੀ ਜਾਂਦੇ ਸੀਗੇ, ਉਹਨਾਂ ਨੇ ਅਚਾਨਕ ਮੂਹਰੇ ਟਰਾਲੀ ਲਾ ਲਈ ਇਹਨਾਂ ਦੇ, ਮੁੜ ਕੇ ਉਹਨਾਂ ਨੇ ਕਈਆਂ ਕੱਢ ਲਈਆਂ, ਕਈਆਂ ਡੋਕਣ ਲੱਗ ਗਏ ਇਹਨਾਂ ਦੇ। ਹਾਂਜੀ, ਕਿਹੜੇ ਸੀ ਉਹ? ਭੰਗੀਏ ਸੀਗੇ, ਜਮਾਦਾਰ ਜੀ। ਹਾਂਜੀ, ਹਾਂਜੀ, ਇਹ ਤਾਂ ਹੁਣ ਫੜੇ ਗਏ, ਫੜੇ ਜਾਣੇ ਚਾਹੀਦੇ ਉਹ, ਜਿਵੇਂ ਤੰਗ ਕਰੀ ਜਾਂਦੇ ਲੋਕਾਂ ਨੂੰ, ਕਾਰਵਾਈ ਕਰਨੀ ਚਾਹੀਦੀ। ਉਹਨਾਂ ਨੇ ਛੜਾਏ ਨਹੀਂ, ਵੇਖੀ ਗਏ ਖੜੇ, ਪੁਲਿਸ ਵਾਲੇ ਮੈਂ ਵੇਖੀ ਗਏ ਉੱਥੇ ਖੜਿਆ ਨੂੰ ਵੀ ਛੜਾਇਆ ਨਹੀਂ। ਹਾਂਜੀ, ਕੋਲ ਖੜੇ ਸੀਗੇ। ਹਾਂਜੀ, ਉਹਨਾਂ ਨੇ ਕੋਲ ਨਹੀਂ ਕੀਤਾ, ਖੜੇ ਵੇਖੀ ਗਏ 5 ਜਣੇ। ਉਸ ਸੰਬੰਧੀ ਸੁਬਹਾ ਜਾਂ ਇਨਫੋਰਮੇਸ਼ਨ ਆਈ ਸੀ, ਜੁਬਲੀ ਚੌਂਕ ਦੇ ਵਿੱਚ ਲੜਾਈ ਝਗੜਾ ਹੋਇਆ, ਅਤੇ ਜੁਬਲੀ ਚੌਂਕ 'ਚ ਮੈਂ ਪਹੁੰਚਿਆ ਸੀ। ਉੱਥੇ ਪਹੁੰਚ ਕੇ ਜਿਹੜੇ ਉੱਥੇ ਇੰਜਰਡ ਸੀਗੇ, ਇੱਕ ਅਮਨਦੀਪ ਹੈ, ਦੂਸਰਾ ਲਵਪ੍ਰੀਤ ਹੈਗਾ, ਉਹਨਾਂ ਨੂੰ ਮੈਡੀਕਲ ਹਸਪਤਾਲ ਜਿਹੜਾ ਉਹ ਦਾਖਲ ਕਰਵਾਉਂਦਾ ਸੀਗਾ, ਅਤੇ ਅੱਗੇ ਹਾਲੇ MLR ਉਹਨਾਂ ਦੀ ਆਉਣੀ ਸਾਡੇ ਕੋਲ ਬਾਕੀ ਹੈ। MLR ਆਉਣ 'ਤੇ ਜਿਸ ਤਰ੍ਹਾਂ ਵੀ MLR ਰਿਪੋਰਟ ਹੋਏਗੀ, ਉਹਨਾਂ ਦੀ ਕਾਰਵਾਈ ਕੀਤੀ ਜਾਊਗੀ। ਇਹ ਗੱਲ ਨੂੰ ਇਹ ਟੈਂਪੂ ਵਾਲੇ ਸੀਗੇ ਜਿਹੜੇ ਆ ਰਹੇ ਸੀਗੇ ਆਪਣਾ ਲੈ ਕੇ ਸੋਲਰ ਦਾ ਸਮਾਨ, ਪਾਈਪਾਂ ਸੀਗੀਆਂ, ਉਹ ਕਹਿੰਦੇ ਪਾਈਪਾਂ ਉਹਨਾਂ ਦੀ ਜਿਹੜੀ ਕਮੇਟੀ ਵਾਲਿਆਂ ਦੀ ਟਰਾਲੀ ਹੈਗੀ ਹੈ, ਕੂੜਾ ਇਕੱਠਾ ਕਰਦੇ ਆ, ਉਹ ਪਾਈਪਾਂ ਦੀ ਟਰਾਲੀ ਦੇ ਨਾਲ ਕਿਤੇ ਲੱਗ ਗਈ ਉਹ, ਇਸੇ ਨੂੰ ਲੈ ਕੇ ਗੱਲ ਨੂੰ ਝਗੜਾ ਹੋ ਗਿਆ। ਉਹ ਕਹਿੰਦੇ ਤੁਸੀਂ ਸਾਡੀ ਟਰਾਲੀ ਦੇ ਨਾਲ ਕਿਉਂ ਲਾਈ, ਇਸੇ ਗੱਲ ਤੋਂ ਉਹਨਾਂ ਦਾ ਝਗੜਾ ਹੋਇਆ। ਹਾਂ ਹਾਂ, ਸਫਾਈ ਸੇਵਕ ਹੀ ਹੈ, ਸਫਾਈ ਸੇਵਕ। ਉਹ ਤਾਂ ਹਾਲੇ MLR ਆਉਂਦੀ ਹੈ, MLR ਬਿਆਨ ਲੈ ਕੇ ਉਹਨਾਂ ਦਾ ਕੇਸ ਰਜਿਸਟਰ ਕਰਾਂਗੇ। ਨਹੀਂ, ਫਿਲਹਾਲ ਨਹੀਂ। Please subscribe our channel for more updates. You can follow us on Twitter and Facebook.